ਸਵਾਗਤ ਹੈ ਸਾਰਿਆਂ ਦਾ ਜੱਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਜੇਕਰ ਤੁਸੀਂ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਲਵੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਡੇਲੀ ਦੇਖ ਸਕੋ ਹੁਣ ਗੱਲ ਕਰਦੇ ਹਾਂ ਜੀ ਵੀਡੀਓ ਦੀ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਅਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਡਿਟੇਲ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਆ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਅੱਜ ਆਪਣੇ ਕੋਲ ਸੇਲ ਵਿੱਚ ਛੇ ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਸਵਰਾਜ 855 ਐਫੀ ਟਰੈਕਟਰ ਹੈ ਕਰੱਚ ਵੱਡਣ ਵਾਲਾ ਰੀਫਰ ਹੈ ਲੈਂਡ ਫੋਰਸ ਕੰਪਨੀ ਦੀ ਜ਼ੀਰੋ ਡ੍ਰਿੱਲ ਹੈ ਫਾਰਮ ਟਰੈਕ 60 ਟਰੈਕਟਰ ਹੈ 14x7 ਫੁੱਟੀ ਡਬਲ ਜੈਕ ਵਾਲੀ ਟਰਾਲੀ ਹੈ ਤੇ ਲੈਂਡ ਫੋਰਸ ਕੰਪਨੀ ਦਾ 7/2 ਵਟਾ ਸੁਪਰ ਸੀਟਰ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆਂ 14x7 ਫੁੱਟੀ ਡਬਲ ਲੈਫਟ ਪੰਪ ਵਾਲੀ ਟਰਾਲੀ ਦੀ ਬਿਲਕੁਲ ਨਵੀਂ ਟਰਾਲੀ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰਾਲੀ ਦੀ 2 ਫੁੱਟ ਵਾੜੀ ਹੈ 2.5 ਫੁੱਟ ਫਿੱਟ ਲੱਗਿਆ ਹੋਇਆ ਹੈ ਜਾਲੀ ਵਾਲਾ ਵੇਢਾ ਹੈ ਬਾਕੀ ਟਰਾਲੀ ਡੀ ਲਕਸ ਮਾਡਲ ਹੈ ਟਰਾਲੀ ਦੇ ਟਾਇਰਾਂ ਦੇ ਦੋਵੇਂ ਸਾਈਡਾਂ ਤੇ ਬੀਲ ਕੱਪ ਲੱਗੇ ਹੋਏ ਹੈਗੇ ਟਰਾਲੀ ਦਾ ਜੋ ਏਰੀਆ ਹੈ ਉਹ ਕੋਟਕਪੂਰਾ ਏਰੀਆ ਹੈ ਜਿੱਥੇ ਟਰਾਲੀ ਵਿਕਾਊ ਹੈ ਬਹੁਤ ਜ਼ਿਆਦਾ ਹੈਵੀ ਕੁਆਲਿਟੀ ਟਰਾਲੀ ਬਣੀ ਹੋਈ ਹੈ ਟਰਾਲੀ ਦਾ ਜੋ weight ਹੈ ਉਹ ਹੈ 26 ਕੁਆਂਟਲ ਬਿਨਾ ਟਾਇਰਾਂ ਤੋਂ weight 26 ਕੁਆਂਟਲ ਹੈਗਾ ਬਾਕੀ ਕੋਈ ਕਮੀ ਨਹੀਂ ਟਰਾਲੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਟਰਾਲੀ ਨੂੰ ਤਿਆਰ ਕੀਤਾ ਗਿਆ ਹੈ ਡਬਲ ਲਿਫਟ ਪੰਪ ਵਾਲੀ ਟਰਾਲੀ ਹੈ ਤੇ ਮਾਲਕਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 232000 ਰੁਪਏ ਟਰਾਲੀ ਦੀ ਜੋ ਡਿਮਾਂਡ ਹੈਗੀ ਇਹ ਬਿਨਾ ਟਾਇਰਾਂ ਤੋਂ ਹੈ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਆਇਆ ਤੁਸੀਂ ਮਾਲਕਾਂ ਨਾਲ ਫੋਨ ਤੇ WhatsApp ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਆ ਹੁਣ ਗੱਲ ਕਰਦੇ ਆ ਜੀ 0 ਡ੍ਰਿੱਲ ਦੀ ਲੈਂਡ ਫੋਰਸ ਕੰਪਨੀ ਦੀ 0 ਡ੍ਰਿੱਲ ਦਿਖਾ ਰਹੇ ਆ ਪਾ ਤੁਹਾਨੂੰ 2022 ਮਾਡਲ ਡ੍ਰਿੱਲ ਐ ਤੇ ਇਸ ਦਾ ਜੋ ਏਰੀਆ ਹੈ ਉਸ ਨਾਮ ਏਰੀਆ ਜਿਲ੍ਹਾ ਸੰਗਰੂਰ ਜਿੱਥੇ ਡ੍ਰਿੱਲ ਵਿਕਾਊ ਐ 13 ਪੋਰੀ ਦੀ ਡ੍ਰਿੱਲ ਹੈਗੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ ਪੇਂਟ ਪਿਆ ਐ ਕਿਤੇ ਰੰਗ ਫਟ ਖਰਾਬ ਨਹੀਂ ਹੋਇਆ ਕਿਤੇ ਜੰਗ ਨਹੀਂ ਲੱਗੀ ਹੋਈ ਬਹੁਤ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਡ੍ਰਿੱਲ ਖੜੀ ਹੈ ਨਾਲ ਦਾ ਪੇਂਟ ਹੈ ਸਾਰਾ ਸਾਰੇ ਮਾਰਕ ਵਗੈਰਾ ਲੱਗੇ ਹੋਏ ਨੇਗੇ ਕੋਈ ਕਮੀ ਪੇਸ਼ੀ ਨਹੀਂ ਵਧੀਆ ਕੁਆਲਿਟੀ ਦੀ ਜ਼ੀਰੋ ਡ੍ਰਿੱਲ ਹੈਗੀ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 45000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆ ਤੁਸੀਂ ਮਾਲਕਾਂ ਨਾਲ ਫੋਨ ਤੇ ਆ ਵਟਸਐਪ ਤੇ ਗੱਲਬਾਤ ਕਰਕੇ ਏ ਡ੍ਰੈਲ ਉਹਨਾਂ ਤੋਂ ਖਰੀਦ ਸਕਦੇ ਆ ਹੁਣ ਗੱਲ ਕਰਦੇ ਆ ਜੀ ਫਾਰਮ ਟਰੈਕ 60 ਟਰੈਕਟਰ ਦੀ 2007 ਮਾਡਲ ਟਰੈਕਟਰ ਹੈ ਤੇ ਇਸ ਦਾ ਜੋ ਏਰੀਆ ਹੈ ਉਹ ਕਪੂਰਥਲਾ ਏਰੀਆ ਹੈ ਜਿੱਥੇ ਟਰੈਕਟਰ ਵਿਕਾਊ ਹੈ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਆਲ オリジナル ਟਰੈਕਟਰ ਹੈ ਸਾਰਾ ਬਾਡੀ ਜਿਹਾ ਸੀ ਲਿੰਕਾਂ ਦਾ ਪੇਟ ਨਾਲ ਦਾ ਹੈ ਕਿਤੇ ਵੀ ਦੁਬਾਰਾ ਪੇਂਟ ਨਹੀਂ ਹੋਇਆ ਸਾਫ਼ ਸੁਥਰਾ ਇਕਦਮ ਵਧੀਆ ਸ਼ਾਈਨਿੰਗ ਦੇ ਵਿੱਚ ਪੇਂਟ ਪਿਆ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਵਧੀਆ ਸੁੱਕਾ ਇੰਜਨ ਗੇਅਰ ਹੈਗਾ ਕਿਤੇ ਕੋਈ ਲੀਕਿੰਗ ਵਗੈਰਾ ਨਹੀਂ ਟਰੈਕਟਰ ਡਬਲ ਕਲਚ ਸਿੰਪਲ ਸਟੀering ਤੇ ਸੈਂਟਰ ਗੇਅਰ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਟਰੈਕਟਰ ਦੇ ਜੋ ਟਾਇਰ ਨੇ 50 ਪੈਸੇ ਟਰੈਕਟਰ ਦੇ ਟਾਇਰ ਲੱਗੇ ਹੋਏ ਐ ਬਾਕੀ ਟਾਇਰਾਂ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਵੀ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਨੂੰ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 2,50,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜੂਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ WhatsApp ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ ਕਰਚੇ ਵੰਡਣ ਵਾਲੇ ਰੀਪਰ ਦੀ ਰੀਪਰ ਦਾ ਜੋ ਏਰੀਆ ਹੈ ਉਹ ਮਾਨਸਾ ਏਰੀਆ ਹੈ ਪਿੰਡ ਭੀਖੀ ਜਿੱਥੇ ਰੀਪਰ ਵਿਕਾਊ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਰੀਪਰ ਹੈਗਾ 6.5 ਫੁੱਟਾ ਰੀਪਰ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਖੜਾ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਵਧੀਆ ਸ਼ੁੱਧ ਚੱਲਦਾ ਹੈ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 32000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ WhatsApp ਤੇ ਗੱਲਬਾਤ ਕਰਕੇ ਇਹ ਰੀ ਪ੍ਰੋਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ ਜੀ ਲੈਂਡ ਫੋਰਸ ਕੰਪਨੀ ਦੇ 7.5 ਫੁੱਟ ਸੁਪਰਸੀਡਰ ਦੀ 2022 ਮਾਡਲ ਸੁਪਰਸੀਡਰ ਹੈ ਤੇ ਇਸ ਦਾ ਜੋ ਏਰੀਆ ਹੈ ਉਹ ਮੱਖੂ ਏਰੀਆ ਹੈ ਜਿੱਥੇ ਸੁਪਰਸੀਡਰ ਵਿਕਾ ਹੂਆ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨਾਲ ਦੇ ਬਲੇਡ ਲੱਗੇ ਹੋਏ ਨੇ ਸਾਰਾ ਕੁਝ ਨਾਲ ਦਾ ਹੈ ਕੁਝ ਵੀ ਚੇਂਜ ਨਹੀਂ ਹੋਇਆ ਵਧੀਆ ਕੰਡੀਸ਼ਨ ਦੇ ਵਿੱਚ ਪੇਂਟ ਪਿਆ ਹੈਗਾ ਕੋਈ ਵੀ ਕਮੀ ਪੇਸ਼ੀ ਨਹੀਂ ਸਾਰੇ ਮਾਰਕੇ ਵਗੈਰਾ ਨਾਲ ਦੇ ਲੱਗੇ ਹੋਏ ਐ ਡਿਸਕਾਂ ਵਾਲਾ ਸੁਪਰਸੀਡਰ ਹੈ ਬਾਕੀ ਸ਼ੁੱਧ ਚੱਲਦਾ ਹੈ ਵਧੀਆ ਕੰਡੀਸ਼ਨ ਦੇ ਵਿੱਚ ਖੜਾ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਸੁਪਰਸੀਡਰ ਲੈਣ ਸਮੇਤ ਸੁਪਰਸੀਡਰ ਨੂੰ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਨਾਲ ਦੇ ਬਲੇਡ ਨੇਗੇ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 1,25,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ WhatsApp ਤੇ ਗੱਲਬਾਤ ਕਰਕੇ ਇਹ ਸੁਪਰਸੀਡਰ ਉਹਨਾਂ ਤੋਂ ਖਰੀਦ ਸਕਦੇ ਆ ਹੁਣ ਗੱਲ ਕਰਦੇ ਆ ਜੀ ਸਵਰਾਜ 855 FE ਟਰੈਕਟਰ ਦੀ 2021 ਮਾਡਲ ਟਰੈਕਟਰ ਹੈ ਤੇ ਇਸ ਦਾ ਜੋ ਏਰੀਆ ਹੈ ਉਹ ਸ਼੍ਰੀ ਮੁਕਸਰ ਸਾਹਿਬ ਏਰੀਆ ਹੈ ਜਿੱਥੇ ਟਰੈਕਟਰ ਵਿਕਾਊ ਹੈ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਆ ਆਲ オリジナル ਟਰੈਕਟਰ ਹੈ ਬਾਟਚਾਸੀ ਲਿੰਕਾਂ ਦਾ ਪੇਂਟ ਨਾਲ ਦਾ ਹੈ ਕਦੇ ਤੋਂ ਵੀ ਦੁਆਰਾ ਪੇਂਟ ਨਹੀਂ ਹੋਇਆ ਸਾਫ਼ ਸੁਥਰਾ ਇਕਦਮ ਵਧੀਆ ਸ਼ਾਇਨਿੰਗ ਦੇ ਵਿੱਚ ਪੇਂਟ ਪਿਆ ਹੈ ਬਾਕੀ ਸਾਰੇ ਜੇਨੂਨ ਪਾਰਟਸ ਲੱਗੇ ਹੋਏ ਨੇ ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ 85 ਪੈਸੇ ਟਰੈਕਟਰ ਦੇ ਟਾਇਰ ਲੱਗੇ ਹੋਏ ਹੈ ਅਗਲੇ ਟਾਇਰ ਮਾਲਕ ਵੀਰਾਂ ਨੇ ਬੈਸੀ ਚੇਂਜ ਕਰਵਾਏ ਹੋਏ ਹੈ ਗੱਡੀਆਂ ਵਾਲੇ ਅਗਲੇ ਟਾਇਰ ਲੱਗੇ ਹੋਏ ਹੈ ਬਾਕੀ ਟਰੈਕਟਰ ਫਸਟ ਓਨਰ ਦੇ ਨਾਮ ਹੈ ਸਿਰਫ ਇੱਕ ਹੱਥੀ ਚੱਲਿਆ ਹੋਇਆ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸੈਂਟਰ ਗੇਅਰ ਰਿਵਰਸ ਸਪੀਡ ਨਾਲ ਹੈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਇੰਜਨ ਗੇਅਰ ਦਾ ਬਿਲਕੁਲ ਸੀਲਡ ਹੈ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 665000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆਇਆ ਤੁਸੀਂ ਮਾਲਕਾਂ ਨਾਲ ਫੋਨ ਤੇ ਵਟਸਐਪ ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਧੰਨਵਾਦ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਤਾਂ ਕਿ ਆਪ ਅਗਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆ ਸਕੀਏ ਤੇ ਕਿ ਜਿੰਨੇ ਵੀ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ ਉਸ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਜ਼ਰੂਰ ਦੱਸਦਿਆ ਕਰਨਾ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਸ਼ੇਮ ਸ਼ਿੰਦਰੀਆਂ ਦੀ ਇੱਕ ਵੀਡੀਓ ਲੈ ਕੇ ਆਉਨੇ ਆ ਜਿਸ ਨੂੰ ਤੁਸੀਂ ਯਾਰੋ ਦੇਖ ਸਕੋ ਤੇ ਮਿਸ ਨਾ ਕਰ ਸਕੋ ਪੱਕੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਕੱਲ ਨੂੰ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ